प्यार करता मैं तो बहुत करता कदे सूरज वांगू तपदा कदे सूरज वांगू तपदा कदे शांत सवेरे वर्गा दोस्तों की गायक सिद्धू मूसेवाले दे नवे रिलीज किए गए गाने डियर मामा दे खिलाफ भी विरोधियों वालों साजिश की गई है देख के तुसी भी हैरान हो जाओगे। पूरी खबर जानन तो पहला जेकर तुहानू भी सिद्धू मूसेवाले दा डियर मामा गाना वधिया लग्या तां इस वीडियो नू लाइक अते शेयर करना ना भुलना अते ताज़ा खबरां दी जानकारी लई साडे चैनल नू सबसक्राइब भी जरूर कर लेना। जिवें कि तुहानू सब नूं पता है कि सिद्धू मूसेवाले दा नवा गाना डियर मामा रिलीज हो चुका है जिसकी फैनज नूं बहुत बेसब्री नाल उडीक भी सी। इह गाना सिद्धू दा खास तौर ते अपनी मां दे जन्मदिन उत्ते मौके उत्ते दुनिया दीआं सारीआं मावां ਨੂੰ ਭੇਂਟ ਕੀਤਾ ਗਿਆ ਜੋ ਕਿ ਆਪਣੇ ਬੱਚਿਆਂ ਲਈ ਇੰਨਾ ਕੁਝ ਕਰਦੀਆਂ ਹਨ। ਉਮੀਦ ਦੇ ਅਨੁਸਾਰ ਹੀ ਸਿੱਧੂ ਦੇ ਡੀਅਰ ਮਾਮਾ ਸੌਂਗ ਨੂੰ ਪੂਰੀ ਦੁਨੀਆ ਦੇ ਵਿੱਚ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਪਾਸੇ ਤੋਂ ਹੀ ਸਿੱਧੂ ਦੀ ਇਸ ਗਾਣੇ ਲਈ ਸਿਫਤ ਵੀ ਹੋ ਰਹੀ ਹੈ ਕਿਉਂਕਿ ਹਰ ਕੋਈ ਖੁਦ ਦੀਆਂ ਭਾਵਨਾਵਾਂ ਨੂੰ ਸਿੱਧੂ ਦੇ ਇਸ ਗਾਣੇ ਨਾਲ ਜੋੜ ਕੇ ਦੇਖ ਰਿਹਾ ਹੈ ਕਿ ਜੋ ਸਿੱਧੂ ਲਈ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਸਾਬਿਤ ਹੁੰਦੀ ਹੈ। ਪਰ ਦੋਸਤੋ ਉੱਥੇ ਹੀ ਇਸ ਡੀਅਰ ਮਾਮਾ ਗਾਣੇ ਨੂੰ ਲੈ ਕੇ ਇੱਕ ਅਲੱਗ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਦੇ ਵਿਰੋਧੀਆਂ ਨੇ ਸਿੱਧੂ ਦੇ ਇਸ ਗਾਣੇ ਖਿਲਾਫ ਸਾਜ਼ਿਸ਼ ਕੀਤੀ ਹੈ। ਜੀ ਹਾਂ, ਕਿਉਂਕਿ ਜੇਕਰ ਕੋਈ ਵੀ ਆਮ ਵਿਅਕਤੀ ਸਿੱਧੂ ਦੇ ਇਸ ਗਾਣੇ ਨੂੰ ਸੁਣ ਲਵੇਗਾ ਤਾਂ ਉਹ ਖੁਦ ਹੀ ਭਾਵੁਕ ਹੋ ਜਾਂਦਾ ਹੈ, ਫਿਰ ਭਾਵੇਂ ਉਹ ਸਿੱਧੂ ਦਾ ਫੈਨ ਹੋਵੇ ਜਾਂ ਨਾ, ਕਿਉਂਕਿ ਲੋਕਾਂ ਦਾ ਕਹਿਣਾ ਕਿ ਪਹਿਲੀ ਵਾਰ ਸਿੱਧੂ ਦੇ ਕਿਸੇ ਗਾਣੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਉਹਨਾਂ ਨੇ ਕਿਸੇ ਦੇ ਖਿਲਾਫ ਜਾਂ ਕਿਸੇ ਨੂੰ ਟਾਰਗੇਟ ਕਰਕੇ ਨਹੀਂ ਸਗੋਂ ਸਭ ਦੇ ਲਈ ਇਹ ਗਾਣਾ ਰਿਲੀਜ਼ ਕੀਤਾ ਹੈ। ਪਰ ਫਿਰ ਵੀ ਇਸ ਗਾਣੇ ਨੂੰ ਜਿੱਥੇ ਇੱਕ ਦਿਨ ਵਿੱਚ 3 ਮਿਲੀਅਨਸ ਤੋਂ ਵੀ ਜ਼ਿਆਦਾ ਵਿਊਜ਼ ਆਏ ਹਨ, ਉੱਥੇ 5000 ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਡਿਸਲਾਈਕ ਵੀ ਕੀਤਾ ਹੈ। ਪਰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਸਿੱਧੂ ਦੇ ਇਸ ਡੀਅਰ ਮਾਮਾ ਗਾਣੇ ਵਿੱਚ ਇਹੋ ਜੀ ਕੋਈ ਗੱਲ ਹੈ ਹੀ ਨਹੀਂ ਕਿ ਕੋਈ ਵੀ ਆਮ ਵਿਅਕਤੀ ਇਸ ਨੂੰ ਡਿਸਲਾਈਕ ਕਰ ਦੇਵੇ। ਇਸੇ ਲਈ ਫੈਨਸ ਦਾ ਕਹਿਣਾ ਕਿ ਸਿੱਧੂ ਦੇ ਵਿਰੋਧੀਆਂ ਨੂੰ ਸਿੱਧੂ ਦੇ ਇੰਨੇ ਵਧੀਆ ਗਾਣੇ ਦੀ ਸਫਲਤਾ ਤੋਂ ਵੀ ਮਿਰਚਾਂ ਲੱਗੀਆਂ ਹਨ, ਇਸ ਲਈ ਉਹਨਾਂ ਨੇ ਇਹ ਕੰਮ ਕਰਵਾਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਬਿਗ ਬਰ ਤੇ ਸਨੀ ਮਾਲਟਾ ਨਾਲ ਵਿਵਾਦ ਤੋਂ ਬਾਅਦ ਬਿਗ ਬੋਏ ਦੀਪ ਵੱਲੋਂ ਸਿੱਧੂ ਦੇ ਖਿਲਾਫ ਲਿਮਿਟਸ ਗਾਣਾ ਰਿਲੀਜ਼ ਕੀਤਾ ਗਿਆ ਸੀ। ਉਸ ਦੇ 34,000 ਲਾਈਕਸ ਹਨ ਅਤੇ 134,000 ਡਿਸਲਾਈਕਸ ਅਤੇ ਉਹਨਾਂ ਦਾ ਕਹਿਣਾ ਸੀ ਕਿ ਸਿੱਧੂ ਨੇ ਡਿਸਲਾਈਕਸ ਕਰਵਾਏ ਹਨ ਅਤੇ ਹੋ ਸਕਦਾ ਹੈ ਕਿ ਸਿੱਧੂ ਦੇ ਡੀਅਰ ਮਾਮਾ ਗਾਣੇ ਦੇ ਖਿਲਾਫ ਇਹ ਉਹਨਾਂ ਦੀ ਸਾਜ਼ਿਸ਼ ਹੋਵੇ। ਪਰ ਸਿੱਧੂ ਦਾ ਵੀ ਇਸ ਬਾਰੇ ਅਜੇ ਕੋਈ ਬਿਆਨ ਨਹੀਂ ਆਇਆ ਅਤੇ ਜੇਕਰ ਦੇਖੀਏ ਤਾਂ ਸਿੱਧੂ ਨੂੰ ਇੰਨੇ ਕੁ ਡਿਸਲਾਈਕਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗਾਣਾ ਬਣਿਆ ਹੀ ਇੰਨਾ ਵਧੀਆ ਹੈ ਕਿ ਸਭ ਦੇ ਦਿਲਾਂ ਵਿੱਚ ਘਰ ਕਰ ਗਿਆ। ਤੇ ਦੋਸਤੋ ਤੁਹਾਨੂੰ ਕੀ ਲੱਗਦਾ ਕਿ ਸਿੱਧੂ ਦੇ ਡੀਅਰ ਮਾਮਾ ਗਾਣੇ ਦੇ ਇੰਨੇ ਜ਼ਿਆਦਾ ਡਿਸਲਾਈਕਸ ਕਰਵਾਉਣ ਵਿੱਚ ਸਿੱਧੂ ਦੇ ਵਿਰੋਧੀਆਂ ਦਾ ਹੀ ਹੱਥ ਹੋ ਸਕਦਾ ਹੈ ਜਾਂ ਨਹੀਂ? ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੱਸਣਾ। ਧੰਨਵਾਦ। ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।